ਮਾਨ ਤੇ ਸਨਮਾਨ ਦੇ ਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸੈਕਟਰੀ ਸਟੇਟ ਸੈਂਟਰ ਤਰੁਣ ਚੁੱਗ ਜੀ ਸਨਮਾਨਿਤ ਮੰਚ ਮੇਰੇ ਸਾਹਮਣੇ ਕਾਫੀ ਦੇਰ ਤੋਂ ਬੈਠੇ ਤੇ ਖੜੇ ਪਰਮ ਸਤਿਕਾਰ ਬਜ਼ੁਰਗੋ ਨੌਜਵਾਨ ਸਾਥੀਓ ਮਾਤਾਓ ਤੇ ਭੈਣੋ ਪੱਤਰਕਾਰ ਬੰਧੂਓ ਫਤਿਹ ਬਖਸ਼ਣੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੇਂ ਸੀਮਾ ਤੇ ਰਹਿਣਾ ਸਾਡੀ ਡਿਊਟੀ ਹੈ। ਜ਼ਿਆਦਾ ਸਮੇਂ ਨਹੀਂ ਲਵਾਂਗਾ। ਅੱਜ ਇਹ ਰੈਲੀ ਸਤ ਭਾਵਨਾ ਰੈਲੀ ਪਹਿਲੇ ਬਠਿੰਡਾ ਦੇ ਵਿੱਚ ਰੱਖੀ, ਉੱਥੇ 2.5-3 ਲੱਖ ਲੋਕ ਭਰਾ ਸੱਜਣ 3 ਜ਼ਿਲ੍ਹੇ ਚ ਇਕੱਠੇ ਹੋ ਕੇ ਸਦਭਾਵਨਾ ਦੀ ਗੱਲ ਕੀਤੀ, ਪਿਆਰ ਦੀ ਗੱਲ ਕੀਤੀ। ਉਹਦਾ ਅਸਰ ਪੂਰੇ ਪੰਜਾਬ ਦੇ ਵਿੱਚ ਮੀਡੀਆ ਰਾਹੀਂ ਗਿਆ, ਲੋਕਾਂ ਨੂੰ ਸਕੂਨ ਮਿਲਿਆ। ਇਹ ਅੱਜ ਮੋਗਾ ਦੇ ਵਿੱਚ ਰੱਖੀ ਗਈ। ਇਹਦੀ ਡਿਟੇਲ ਦੇ ਬਾਰੇ ਪੂਰੀ ਜਾਣਕਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਣਗੇ, ਆਪਾਂ ਉਹਨਾਂ ਦੇ ਮੁੱਖ ਤੋਂ ਸੁਣਨਾ ਚਾਹੁੰਦੇ ਹਾਂ। ਮੈਂ ਤਾਂ ਸਿਰਫ 2-3 ਗੱਲਾਂ ਹੀ ਕਰਨਾ ਚਾਹਾਂਗਾ। ਮੇਰੇ ਦਿਮਾਗ ਦੇ ਵਿੱਚ ਕੁਛ ਪਰਸਨ ਕੁਛ ਖੜੇ ਹੋ ਜਾਂਦੇ ਨੇ, ਚਿੰਤਾ ਵੀ ਹੁੰਦੀ ਹੈ ਕਿ ਧਾਰਮਿਕ ਦੇਸ਼ ਹੈ, ਧਰਮ ਦੇ ਵਿੱਚ ਸਾਨੂੰ ਬੜੀ ਸਾਰਿਆਂ ਨੂੰ ਆਸਥਾ ਹੈ, ਅਸੀਂ ਧਰਮ ਨੂੰ ਮੰਨਦੇ ਹਾਂ। ਗੁਰਦੁਆਰਾ ਮੰਦਿਰ ਮਸਜਿਦ ਸਾਰੀ ਥਾਵਾਂ ਤੇ ਜਾ ਕੇ, ਪਰ ਇੱਕ ਗੱਲ ਮੈਨੂੰ ਚਿੰਤਾ ਉਦੋਂ ਹੁੰਦੀ ਹੈ ਕਿ ਧਰਮ ਨੂੰ ਮੰਨਦੇ ਤਾਂ ਹਾਂ ਪਰ ਧਰਮ ਦੇ ਦਿਖਾਏ ਉਹਦੇ ਰਸਤੇ ਦੇ ਉੱਤੇ, ਗੁਰੂਆਂ ਦੇ ਦਿਖਾਏ ਉਹਦੇ ਰਸਤੇ ਤੇ ਆਪਾਂ ਚੱਲਦੇ ਨਹੀਂ। ਅਗਰ ਗੁਰੂਆਂ ਦੇ ਰਸਤੇ ਤੇ ਚਲਾ ਦਿਖਾਏ ਹੋਏ, ਅਗਰ ਧਰਮ ਦੇ ਰਸਤੇ ਤੇ ਅਸੀਂ ਚੱਲੀਏ ਤਾਂ ਮੈਂ ਕਹਿਣਾ ਸਾਨੂੰ ਸਦਭਾਵਨਾ ਰੈਲੀ ਕਰਨ ਦੀ ਆਵਸ਼ਕਤਾ ਹੀ ਨਹੀਂ ਪੈਂਦੀ। ਕਾਰਨ ਇਹ ਹੀ ਹੈ ਕਿ ਧਰਮ ਨੂੰ ਮੰਨਦੇ ਹਾਂ, ਧਰਮ ਦੇ ਉੱਤੇ ਗੱਲ ਅਮਲ ਨਹੀਂ ਕਰਦੇ। ਸਾਨੂੰ ਧਰਮ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ। ਮੈਂ ਕਹਿਣਾ ਚਾਹੁੰਦਾ ਕਿ ਗੁਰੂਆਂ ਦੀ ਜੋ ਕੁਰਬਾਨੀ ਹੈ, ਓਡੀ ਵੱਡੀ ਗੁਰੂ ਗੋਬਿੰਦ ਸਿੰਘ ਜੀ ਕੁਰਬਾਨੀ ਜਿੰਨੀ ਹੈ, ਓਡੀ ਵੱਡੀ ਕਿਸੇ ਦੀ ਕੁਰਬਾਨੀ ਨਾ ਕਿਸੇ ਨੇ ਕੀਤੀ ਨਾ ਕਿਸੇ ਨੇ ਕਰਨੀ। ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਵਾਸਤੇ ਜ਼ੁਲਮ ਦੇ ਵਾਸਤੇ ਆਪਣੀ ਤਲਵਾਰ ਉਠਾ ਕੇ ਜੋ ਰੱਖਿਆ ਕੀਤੀ, ਆਪਣਾ ਵੰਸ਼ ਵਾਰਤਾ ਔਰ ਜੋ ਦੁੱਖ ਔਰ ਤਕਲੀਫ ਉਹਨਾਂ ਨੇ ਕਸ਼ਟ ਜੋ ਝੇਲੇ ਸਾਡੇ ਵਾਸਤੇ। ਉਦੋਂ ਇੱਕ ਗੱਲ ਮੇਰੇ ਮਹਿਸੂਸ ਹੁੰਦੀ ਹੈ, ਅਗਰ ਕੋਈ ਹਿੰਦੂ, ਅਗਰ ਕੋਈ ਸੱਚਾ ਹਿੰਦੂ ਹੈ, ਅਗਰ ਗੁਰੂ ਪ੍ਰਤੀ ਗੁਰੂ ਗ੍ਰੰਥ ਪ੍ਰਤੀ ਉਹਨਾਂ ਦੀ ਅਗਰ ਸ਼ਰਧਾ ਨਹੀਂ ਹੈ ਤਾਂ ਮੈਂ ਕਹਿਣਾ ਚਾਹੁੰਦਾ ਉਹ ਸੱਚਾ ਹਿੰਦੂ ਨਹੀਂ ਹੈ। ਅਗਰ ਕੋਈ ਸਿੱਖ ਸੱਚਾ ਆਪਣੇ ਆਪ ਨੂੰ ਸਿੱਖ ਸਮਝੇ, ਅਗਰ ਉਹ ਗੁਰੂ ਦਾ ਸਿੱਖ ਸੱਚਾ ਹੈ ਤਾਂ ਉਹਨੂੰ ਅਗਰ ਮੰਦਿਰ ਹਿੰਦੂ ਦੇ ਪ੍ਰਤੀ ਅਗਰ ਕੋਈ ਵੀ ਮਾਮੂਲੀ ਜੀ ਕਿਸੇ ਤਰ੍ਹਾਂ ਦੀ ਹੀਨ ਭਾਵਨਾ ਹੋਵੇ ਤਾਂ ਉਹ ਸੱਚਾ ਸਿੱਖ ਨਹੀਂ। ਇੱਥੇ ਇਸੇ ਪੰਜਾਬ ਦੀ ਧਰਤੀ ਦੇ ਉੱਤੇ ਨਾਅਰੇ ਲੱਗਦੇ ਕਿ ਧੋਤੀ ਟੋਪੀ ਜਮਨਾ ਪਾਰ, ਦੱਸੋ ਲੋਕ ਜਿਹੜੇ ਨਾਅਰੇ ਲਾਉਂਦੇ ਸੀ ਜਿਹਨਾਂ ਦੇ ਵਾਸਤੇ ਗੁਰੂ ਨੇ ਕੁਰਬਾਨੀ ਕੀਤੀ ਔਰ ਜਿਸ ਕੌਮ ਨੂੰ ਬਚਾਇਆ, ਅਗਰ ਉਹ ਇਸ ਤਰ੍ਹਾਂ ਦੇ ਨਾਅਰੇ ਲੱਗਦੇ ਹੋਣ ਤਾਂ ਦੱਸੋ ਉਹ ਜਿਹੜੇ ਨਾਅਰੇ ਲਾਉਣ ਵਾਲੇ ਸੀ ਕਿਤੇ ਇੱਥੇ ਸੀ ਹੋ ਸਕਦੇ ਹੈ ਤਾਂ ਕਦੇ ਇੱਥੇ ਸੀ ਨਹੀਂ ਹੋ ਸਕਦੇ। ਤਾਂ ਇਹ ਗੱਲਾਂ ਸਾਰੀਆਂ ਸਾਨੂੰ ਆਪਣੇ ਧਿਆਨ ਦੇ ਵਿੱਚ ਨਿਗਾਹ 'ਚ ਰੱਖਣੀ ਚਾਹੀਦੀ ਹੈ। ਮੈਂ ਜ਼ਿਆਦਾ ਕੁਛ ਨਹੀਂ ਕਹਿੰਦਾ, ਇੱਕ ਗੱਲ ਜ਼ਰੂਰ ਕਹਾਂਗਾ, ਆਓ ਆਪਾਂ ਸਾਰੇ ਮਿਲ ਕੇ। ਇੱਕ ਵਕਤ ਹੁੰਦਾ ਸੀ ਅਗਰ ਕੋਈ ਟ੍ਰੇਨ ਦੇ ਡੱਬੇ ਦੇ ਵਿੱਚ ਜਾਂ ਕਿਸੇ ਦੇ ਬੱਸ ਦੇ ਵਿੱਚ ਅਗਰ ਕੋਈ ਸਿੱਖ ਗੁਰੂ ਦਾ ਸੱਜਾ ਬੱਸ ਦੇ ਵਿੱਚ ਬੈਠ ਜਾਂਦਾ ਸੀ ਤਾਂ ਸਾਰੀ ਅਸਵਾਰੀ ਮਾਨ ਔਰ ਫਕਰ ਮਹਿਸੂਸ ਕਰਦੀ ਸੀ। ਇਹ ਗੱਲ ਕਹਿੰਦੀ ਸੀ ਕਿ ਹੁਣ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ ਕਿ ਬੱਸ ਦੇ ਵਿੱਚ ਔਰ ਟ੍ਰੇਨ ਦੇ ਵਿੱਚ ਸਿੱਖ ਬੈਠਾ ਹੈ। ਔਰ ਇਹ ਵਕਤ ਆਇਆ ਕਿ ਜਦੋਂ ਇੱਕ ਬੱਸ ਦੇ ਵਿੱਚ ਸਿੱਖ ਬੈਠ ਜਾਂਦਾ ਸੀ ਸਾਰੀਆਂ ਸਵਾਰੀਆਂ ਉਤਰਨੀਆਂ ਸ਼ੁਰੂ ਹੋ ਜਾਂਦੀਆਂ ਸੀ। ਆਓ ਆਪਾਂ ਸਾਰੇ ਮਿਲ ਕੇ ਗੁਰੂ ਦੀ ਬਾਣੀ ਨੂੰ ਸੁਣਦੇ ਧਰਮ ਨੂੰ ਮੰਨਦੇ ਹੋਏ ਉਹੀ ਇਤਿਹਾਸ ਦੁਬਾਰਾ ਉਠਾਈਏ ਕਿ ਜਿੱਥੇ ਅਸੀਂ ਖੜੇ ਹੋ ਜਾਈਏ, ਸਿੱਖ ਦੇ ਗੁਰੂ ਖੜੇ ਹੋ ਜਾਈਏ, ਗੁਰੂ ਦੇ ਸਿੱਖ ਖੜੇ ਹੋ ਜਾਈਏ ਤਾਂ ਲੋਕਾਂ ਨੂੰ ਫਕਰ ਹੋਣਾ ਚਾਹੀਦਾ ਕਿ
ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਇਹ ਚੀਜ਼ ਅਸੀਂ ਸਾਰੇ ਮਿਲ ਕੇ ਅਸੀਂ ਇਹ ਕਰ ਸਕਦੇ ਹਾਂ। ਔਰ ਜਿਹੜਾ ਪਿੱਛੇ ਪੰਜਾਬ ਦੇ ਵਿੱਚ ਘਟਨਾ ਵਾਪਰੀ ਹੈ, ਗੁਰੂ ਗ੍ਰੰਥ ਸਾਹਿਬ ਨਾਲ ਜੋ ਬੇਅਦਬੀ ਹੋਈ ਹੈ, ਉਹਦੇ ਨਾਲ ਸਾਰਿਆਂ ਨੂੰ ਇੰਨਾ ਦੁੱਖ ਹੋਇਆ, ਇੰਨੀ ਪੀੜਾ ਹੋਈ ਹੈ ਕਿ ਜਿਹਦਾ ਕੋਈ ਕੁਛ ਕਹਿ ਨਹੀਂ ਸਕਦਾ। ਪਰ ਆਪਾਂ ਸਾਰਿਆਂ ਨੇ ਮਿਲ ਕੇ ਇਸ ਚੀਜ਼ ਤੇ ਪਹਿਰਾ ਦੇਣਾ ਹੈ ਔਰ ਆਪਣੇ ਸਮਾਜ ਨੂੰ ਇਕੱਠਾ ਰੱਖਣਾ ਹੈ। ਔਰ ਅਗਰ ਕੋਈ ਸਾਂਝੀ ਵਾਲਤਾ, ਅਗਰ ਸਾਰੇ ਧਰਮਾਂ ਦਾ ਕਿਸੇ ਨੇ ਆਦਰ ਕੀਤਾ, ਸਤਿਕਾਰ ਕੀਤਾ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਹਦੇ ਵਿੱਚ ਉਹਦੇ ਅਮਲ ਕਰਕੇ ਆਪਾਂ ਉਸਦੇ ਰਸਤੇ 'ਚ ਚੱਲੀਏ। ਇੰਨੀ ਗੱਲ ਕਹਿੰਦਾ ਇਜਾਜ਼ਤ ਚਾਹੁੰਦਾ। ਧੰਨਵਾਦ, ਸ਼ੁਕਰੀਆ।